ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਯਾਰਿੰਦਰ ਸਿੰਘ ਬਰਾੜ ਵੱਲੋਂ ਜੀ ਅਮੀਰ ਕਰਤ ਤੁਸੀਂ ਸਾਰੇ ਜਾਨੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਫਰਾਂਸ ਦੇ ਵਿੱਚ ਕਈ ਲੋਕ ਜਾਲੀ ਕਰੋਨਾ ਵਾਇਰਸ ਦਾ ਜਿਹੜਾ ਟੀਕਾ ਲੱਗਿਆ ਆ ਉਸ ਦਾ ਸਰਟੀਫਿਕੇਟ ਬਣਾ ਕੇ ਐਂਟਰ ਹੋ ਰਹੇ ਆ ਤੇ ਬਹੁਤ ਸਾਰੇ ਲੋਕਾਂ ਨੇ ਬਣਵਾ ਕੇ ਰੱਖੇ ਹੋਏ ਨੇ ਟਰੈਵਲ ਕਰਨ ਵਾਸਤੇ ਜੇਕਰ ਤੁਸੀਂ ਸਰਟੀਫਿਕੇਟ ਜਾਲੀ ਬਣਾਇਆ ਹੋਇਆ ਆ ਤੁਸੀਂ ਟੀਕਾ ਨਹੀਂ ਲਗਵਾਇਆ ਤੇ ਤੁਹਾਨੂੰ 3 ਤੋਂ 5 ਸਾਲ ਤੱਕ ਦੀ سزا ਜਿਹੜੀ ਆ ਕਿ ਹੋ ਸਕਦੀ ਆ ਤੇ ਬਹੁਤ ਸਾਰੀਆਂ ਆਨਲਾਈਨ ਵੈਬਸਾਈਟਾਂ ਵੀ ਹੈਗੀਆਂ ਜਿਹੜੀਆਂ ਕਿ ਪੈਸੇ ਲੈ ਕੇ 150 ਯੂਰੋ ਤੋਂ ਲੈ ਕੇ 300 ਯੂਰੋ ਤੱਕ ਪੈਸੇ ਲੈ ਕੇ ਜਾਲੀ ਸਰਟੀਫਿਕੇਟ ਬਣਾ ਕੇ ਤੁਹਾਨੂੰ ਦਿੱਤੇ ਜਾਂਦੇ ਨੇ ਤੇ ਬਹੁਤ ਸਾਰੇ ਲੋਕ ਬਣਾ ਕੇ ਵੀ ਬੈਠੇ ਨੇ ਤੇ ਗਵਰਨਮੈਂਟ ਨੂੰ ਪਤਾ ਲੱਗ ਚੁੱਕਿਆ ਹੈ ਤੇ ਜੇਕਰ ਕਿਸੇ ਮੇਰੇ ਵੀਰ ਭੈਣ ਨੇ ਬਣਾਇਆ ਆ ਤਾਂ ਥੋੜਾ ਜਿਆਦਾ ਧਿਆਨ ਦੇ ਨਾਲ ਫ੍ਰਾਂਸ ਦੇ ਪਿੰਡਾਂ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਜੀ ਡਿਪਾਰਟਮੈਂਟ ਦੀਆਂ ਤੇ ਰੀਜਿਓਨਾਂ ਦੀਆਂ ਜਿਹੜੀਆਂ ਕਿ ਵੋਟਾਂ ਹੁੰਦੀਆਂ ਨੇ ਕਾਫੀ ਜਗ੍ਹਾ ਅਜੇ ਵੋਟਾਂ ਪੈ ਗਈਆਂ ਨੇ ਤੇ ਬਾਕੀ ਅਗਲੇ ਹਫਤੇ ਜਿਹੜੀਆਂ ਐਤਵਾਰ ਨੂੰ ਵੋਟਾਂ ਪੈ ਜਾਣਗੀਆਂ ਫ੍ਰਾਂਸ ਦੇ 19 ਡਿਪਾਰਟਮੈਂਟ ਵਿਜੀਲੈਂਸ ਔਰੇਂਜ ਦੇ ਵਿੱਚ ਨੇ ਕਹਿੰਦਾ ਮਤਲਬ ਕਿ ਮੌਸਮ ਵਿਭਾਗ ਵੱਲੋਂ ਜਿਹੜਾ ਕਿ ਅਲਰਟ ਜਾਰੀ ਕੀਤਾ ਗਿਆ ਹੈ ਕਿ ਐਤਵਾਰ ਸ਼ਾਮ 4 ਵਜੇ ਤੋਂ ਜਾ ਰਾਤ 8 ਵਜੇ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਆ ਤੇ ਸਾਰੇ ਜਿਹੜੇ ਏਰੀਆ ਇਹ ਆਊਟ ਪੈਰਸ ਦੇ ਨੇ ਜਿੱਥੇ ਕਿ ਜ਼ਿਆਦਾ ਮੀਂਹ ਤੇ ਜ਼ਿਆਦਾ ਮੌਸਮ ਖਰਾਬ ਹੋ ਸਕਦਾ ਆ ਉੱਥੇ ਹੀ ਫਰਾਂਸ ਦੇ ਵਿੱਚ ਇੱਕ ਆਊਟ ਪੈਰਸ ਏਰੀਏ ਦੇ 150 ਘਰਾਂ ਦੀ ਬਿਜਲੀ ਚੱਲ ਗਈ ਸਿਰਫ ਮੌਸਮ ਖਰਾਬ ਹੋਣ ਦੀ ਵਜ੍ਹਾ ਕਰਕੇ ਫ੍ਰਾਂਸ ਦੇ ਵਿੱਚ ਡੈਲਟਾ ਵੇਰੀਐਂਟ ਨਾਲ ਹੁਣ ਤੱਕ ਦੋ ਮੌਤਾਂ ਹੋ ਚੁੱਕੀ ਹੈ ਨਾ ਜਿਹੜਾ ਨਵਾਂ ਵਾਇਰਸ ਕਰੋਨਾ ਵਾਇਰਸ ਦੀ ਕਿਸਮ ਫੈਲੀ ਹੋਈ ਆ ਉਸ ਦੇ ਨਾਲ ਮੌਤਾਂ ਦੋ ਹੁਣ ਤੱਕ ਫ੍ਰਾਂਸ ਦੇ ਵਿੱਚ ਹੋਈਆਂ ਨੇ ਤੇ ਫ੍ਰਾਂਸ ਦੇ ਵਿੱਚ ਜਿਹੜੇ ਲੜਾਈ ਝਗੜੇ ਆ ਉਹ ਦਿਨ-ਬਦ ਦਿਨ ਵਧਦੇ ਜਾ ਰਹੇ ਆ ਲੋਕਡਾਊਨ ਤੋਂ ਬਾਅਦ ਜਾਦਾ ਕੰਮ ਜਿਹੜਾ ਕਿ ਖਰਾਬ ਹੋਇਆ ਆ ਫੈਮਲੀਆਂ ਦੇ ਵਿੱਚ ਲੜਾਈ ਝਗੜੇ ਵਧੇ ਨੇ ਤੇ ਗਵਰਨਮੈਂਟ ਵੱਲੋਂ ਸੋਮਵਾਰ ਤੋਂ ਯਾਨੀ ਕਿ ਕੱਲ ਤੋਂ ਇੱਕ ਨਵੀਂ ਸਰਵਿਸ ਸ਼ੁਰੂ ਕੀਤੀ ਜਾ ਰਹੀ ਆ ਨੰਬਰ ਨੋਟ ਤੁਸੀਂ ਕਰ ਸਕਦੇ ਹੋ ਜੀ 89939193819 ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਆਪਣੀ ਤੁਸੀਂ ਜੋ ਵੀ ਲੜਾਈ ਝਗੜਾ ਤੁਹਾਡਾ ਹੋ ਰਿਹਾ ਆ ਤਾਂ ਤੁਸੀਂ ਉਹਦੇ ਬਾਰੇ 24 ਘੰਟੇ ਕਾਲ ਤੁਸੀਂ ਲਗਾ ਸਕਦੇ 24 ਘੰਟੇ ਯਾਨੀ ਕਿ ਸਰਵਿਸ ਖੁੱਲੀ ਆ ਵੀਕੈਂਡ ਤੇ ਵੀ ਜਿਹੜੀ ਇਹ ਸਰਵਿਸ ਖੁੱਲੀ ਹੈ ਜੇਕਰ ਤੁਹਾਨੂੰ ਕੋਈ ਵੀ ਤੰਗੀ ਪਰੇਸ਼ਾਨੀਆਂ ਆਪਣੇ ਘਰ ਦੇ ਵਿੱਚ ਕੋਈ ਤੁਹਾਡੇ ਤੇ ਜ਼ੁਲਮ ਹੋ ਰਿਹਾ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਕਾਲ ਲਗਾ ਕੇ ਪੁਲਿਸ ਨੂੰ ਜਾਣਕਾਰੀ ਦੇ ਸਕਦੇ ਹੋ ਇਹ ਸਪੈਸ਼ਲ ਨੰਬਰ ਲਾਗੂ ਕੀਤਾ ਸ਼ੁਰੂ ਕੀਤਾ ਗਿਆ ਆ ਗਵਰਨਮੈਂਟ ਵੱਲੋਂ ਨੰਬਰ ਮੈਂ ਦੁਬਾਰੇ ਫੇਰ ਬੋਲ ਦਿੰਦਾ ਜੀ 3919 3919 THAILAND ਨੇ ਐਤਵਾਰ ਤੋਂ ਲੋਕਡਾਊਨ ਆ ਲਗਾ ਦਿੱਤਾ ਜੀ ਕੱਲੇ ਐਤਵਾਰ ਦਾ ਯਾਨੀ ਕਿ 30 ਦਿਨ ਇੱਕ ਮਹੀਨਾ ਹਰ ਐਤਵਾਰ ਨੂੰ ਲੋਕਡਾਊਨ ਆ ਥਾਈਲੈਂਡ ਬੈਂਕਾਕ ਦੇ ਵਿੱਚ ਰਿਹਾ ਕਰੂਗਾ ਕਿਉਂਕਿ ਕੇਸ ਲਗਾਤਾਰ ਵੱਧ ਰਹੇ ਨੇ ਥਾਈਲੈਂਡ ਦੇ ਵਿੱਚ 4000 ਕੇਸ ਹਰ ਰੋਜ਼ ਆ ਰਿਹਾ ਆ ਤੇ ਜਿਹੜੀ ਮੌਤਾਂ ਦੀ ਗਿਣਤੀ ਉਹ ਵੀ 50 ਤੋਂ ਪਲੱਸ ਹਰ ਰੋਜ਼ ਹੋ ਰਹੀ ਆ ਪਹਿਲਾਂ ਥਾਈਲੈਂਡ ਬੈਂਕਾਕ ਦੇ ਵਿੱਚ 7 ਦਿਨ ਦਾ ਪ੍ਰੋਪਰ ਲੋਕਡਾਊਨ ਲੱਗਣਾ ਸੀ ਹੁਣ ਉਹਨਾਂ ਨੇ ਰੱਦ ਕਰਕੇ ਇਸ ਨੂੰ ਸਿਰਫ ਐਤਵਾਰ ਦਾ ਕਰ ਦਿੱਤਾ ਹੈ ਤੇ ਹੋਰ ਜਿਹੜੀਆਂ ਨਵੀਆਂ ਪਾਬੰਦੀਆਂ ਨੇ ਉਹੋ ਲਾਗੂ ਕਰ ਦਿੱਤੀਆਂ ਨੇ ਨਵੀਆਂ ਪਾਬੰਦੀਆਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਅੰਦਰ ਬਿਠਾ ਕੇ ਖਾਣਾ ਨਹੀਂ ਖਵਾ ਸਕਦੇ ਜੇਕਰ ਜਿਆਦਾ ਵੱਡਾ ਰੈਸਟੋਰੈਂਟ ਤਾਂ ਉਹ 20 ਗਾਹਾਂ ਨੂੰ ਦੂਰ ਦੂਰ ਟੇਬਲਾਂ ਦੇ ਉੱਪਰ ਬਿਠਾ ਸਕਦਾ ਆ ਜੇਕਰ ਛੋਟਾ ਆ ਤਾਂ ਉਹ ਨਹੀਂ ਬਿਠਾ ਸਕਦਾ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਪਾਰਟੀ ਜਾਂ ਫੰਕਸ਼ਨ ਨਹੀਂ ਹੋ ਸਕਦਾ ਕੋਈ ਵੀ ਇਕੱਠ ਦੇ ਉੱਪਰ ਵੀ ਜਿਹੜੀ ਆ ਕੇ ਪਾਬੰਦੀ ਲਗਾ ਦਿੱਤੀ ਹੈ ਜੀ WHO ਨੇ ਚੇਤਾਵਨੀ ਦਿੱਤੀ ਹੈ ਕਿ ਕਰੋਨਾ ਦੀ ਜਿਹੜੀ ਨਵੀਂ ਕਿਸਮ ਹੈ ਡੈਲਟਾ ਪਲੱਸ ਵੇਰੀਐਂਟ ਜਿਹੜਾ ਸਾਹਮਣੇ ਆਇਆ ਉਸ ਤੋਂ ਬਚਣ ਦਾ ਰਸਤਾ ਇੱਕੋ ਇੱਕ ਹੈ ਕਿ ਤੁਹਾਡੇ ਦੋਵੇਂ ਡੋਜ਼ਾਂ ਕਰੋਨਾ ਵਾਇਰਸ ਦੀਆਂ ਟੀਕੇ ਦੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ ਮਾਸਕ ਲਗਾ ਕੇ ਰੱਖੋ ਤੇ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖੋ ਦੁਬਾਰਾ ਲੋਕਡਾਊਨ ਨਾ ਲੱਗੇ ਸਾਰੇ ਮੁਲਕਾਂ ਜਨ ਕੇ ਸਾਰੀਆਂ ਕੰਟਰੀਆਂ ਨੂੰ ਅਪੀਲ ਆ ਕਿ ਸਖਤੀ ਵਰਤੋ ਤੇ ਲੋਕਾਂ ਨੂੰ ਜਿਹੜਾ ਕਿ ਲੋਕ ਵੀ ਆਪਣਾ ਫਰਜ਼ ਸਮਝਣ ਤੇ ਆਪਣੇ ਆਪ ਜਿਹੜਾ ਆ ਕਿ ਮਾਸਕ ਲਗਾਉਣ ਤੇ ਜ਼ਿੰਮੇਵਾਰੀ ਦੇ ਨਾਲ ਆਪੋ ਆਪਣੇ ਵੈਕਸੀਨਾਂ ਲਗਵਾਉਣ ਫਰਾਂਸ ਦੇ ਵਿੱਚ ਵੀ ਵੈਕਸੀਨ ਲੱਗ ਰਹੀ ਆ ਮੈਂ ਪਹਿਲਾਂ ਵੀ ਵੀਡੀਓ ਬਣਾਈ ਸੀਗੀ ਜੇਕਰ ਤੁਹਾਡੇ ਕੋਲ ਪੇਪਰ ਹੈਗੇ ਆ ਤਾਂ ਵੀ ਕੋਈ ਚੱਕਰ ਨਹੀਂ ਤਾਂ ਵੀ ਤੁਹਾਡੇ ਵੈਕਸੀਨ ਲੱਗੂਗੀ ਦੇਖੋ ਤੁਹਾਡੇ ਕੋਲ ਪੀਪਰ ਕੋਈ ਵੀ ਨਹੀਂ ਹੈਗਾ ਨਾ ਤੁਹਾਡੇ ਕੋਲ ਪਾਸਪੋਰਟ ਆ ਨਾ ਤੁਹਾਡੇ ਕੋਲ ਡਾਕਟਰੀ ਕਾਰਡ ਆ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤੁਸੀਂ ਵੈਕਸੀਨ ਲਗਵਾ ਸਕਦੇ ਹੋ ਇਸੇ YouTube ਚੈਨਲ ਦੇ ਉੱਪਰ ਪੰਜਾਬੀ ਪਿਆਰ ਤੋਂ ਤੇ ਮੈਂ ਵੀਡੀਓ ਪਾਈ ਹੋਈ ਹੈ ਕਿ ਆਪਾਂ ਰੰਦੇਬੂ ਤੁਸੀਂ ਕਿਸ ਤਰੀਕੇ ਨਾਲ ਲੈ ਸਕਦੇ ਹੋ ਫ੍ਰੀ ਦੇ ਵਿੱਚ ਰੰਦੇਬੂ ਮਿਲ ਲਈਆਂ ਫ੍ਰੀ ਦੇ ਵਿੱਚ ਵੈਕਸੀਨ ਲਗਣੀ ਆ ਜਿੰਨਾ ਮੇਰੇ ਵੀਰਾ ਭੈਣਾਂ ਨੇ ਹਜੇ ਤੱਕ ਵੈਕਸੀਨ ਨਹੀਂ ਲਗਵਾਈ ਉਹ ਜ਼ਰੂਰ ਲਗਵਾਓ ਇੱਕ ਸਲਾਹ ਜ਼ਰੂਰ ਆ ਨਾਲ ਜਿਹੜੇ ਮੇਰੇ ਵੀਰ ਵੈਕਸੀਨ ਲਗਵਾ ਰਹੇ ਨੇ ਪਰਿਵਾਰ ਦੇ ਵਿੱਚ ਜਿਨ੍ਹਾਂ ਦੇ ਬੱਚੇ ਨੇ ਤਾਂ ਇੱਕ ਇੱਕ ਕਰਕੇ ਵੈਕਸੀਨ ਲਗਵਾਓ ਖਾਸ ਕਰਕੇ ਸ਼ੁੱਕਰਵਾਰ ਨੂੰ ਤੁਸੀਂ ਵੈਕਸੀਨ ਲਗਵਾਓ ਗੋਂਦਰਦੀ ਨੂੰ ਤਾਂ ਜੋ ਸ਼ਨੀ ਐ ਐਤਵਾਰ ਤੁਹਾਨੂੰ ਰੈਸਟ ਕਰਨ ਨੂੰ ਮਿਲੇ ਕਿਉਂਕਿ ਵੈਕਸੀਨ ਲਗਾਉਣ ਤੋਂ ਬਾਅਦ ਜਿਹੜਾ ਕਿ ਸਰੀਰ ਦੇ ਵਿੱਚ ਜਾਨੀ ਕਿ ਸਰੀਰ ਟੁੱਟਦਾ ਆ ਕਹਿੰਦਾ ਮਤਲਬ ਕਿ ਹਲਕਾ ਜਿਹਾ ਬੁਖਾਰ ਹੁੰਦਾ ਆ ਤਾਂ ਜੋ ਤੁਹਾਡੇ ਕੋਲ ਅੱਗੇ ਵੀਕਐਂਡ ਅਰੇਸਟ ਕਰਨ ਵਾਸਤੇ ਹੋਵੇ ਜੇਕਰ ਤੁਹਾਡੇ ਇੱਕ ਦਿਆਂ ਦੋ ਬੱਚੇ ਨੇ ਮੀਆਂ ਬੀਵੀਆਂ ਤਾਂ ਤੁਸੀਂ ਇੱਕ ਜਾਣਾ ਪਹਿਲਾਂ ਐਸਾ ਇੱਕ ਹਫ਼ਤੇ ਲਵਾ ਲਓ ਉਸ ਤੋਂ ਬਾਅਦ ਫਿਰ ਦੂਸਰਾ ਅਗਲੇ ਹਫ਼ਤੇ ਲਗਵਾ ਲਿਓ ਆਹ ਇੱਕ ਛੋਟੀ ਜਿਹੀ ਸਲਾਹ ਹੈ ਬਾਕੀ ਤੁਸੀਂ ਲਗਵਾਉਣਾ ਤਾਂ ਇਕੱਠੇ ਵੀ ਲਗਵਾ ਸਕਦੇ ਹੋ ਬਾਅਦ ਵਿੱਚ ਬੱਚਿਆਂ ਦਾ ਔਖਾ ਹੋ ਸਕਦਾ ਹੈ ਜੇਕਰ ਤੁਸੀਂ ਇਕੱਠੇ ਟੀਕਾ ਲਗਵਾਉਨੇ ਹੋ ਤੇ ਦਬਈ ਨੇ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ, 나ਜ਼ੀਰੀਆ, ਸਾਊਥ ਅਫਰੀਕਾ ਤੇ ਹੋਰ 5-7 ਕੰਟਰੀਆਂ ਨੇ ਜਿਨ੍ਹਾਂ ਦੇ ਉੱਪਰ 21 ਜੁਲਾਈ ਤੱਕ ਫਲਾਈਟਾਂ ਤੇ پابੰਦੀ ਲਗਾ ਦਿੱਤੀ ਹੈ ਵੀ ਕੋਈ ਵੀ ਫਲਾਈਟ ਦਬਈ ਦੇ ਵਿੱਚ ਨਾ ਤਾਂ ਆਵੇਗੀ ਨਾ ਜਾਵੇਗੀ ਇਹਨਾਂ ਸਾਰੀਆਂ ਕੰਟਰੀਆਂ ਤੋਂ ਜਿਨ੍ਹਾਂ ਦੇ ਮੈਂ ਨਾਮ ਲਏ ਹੋਏ ਨੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਕਾਰਨ ਪਤਾ ਹੀ ਹੈ ਕਿ ਜਿਹੜਾ ਨਵਾਂ ਵਾਇਰਸ ਡੈਲਟਾ ਜਿਸ ਦਾ ਨਾਮ ਹੈ ਪਲੱਸ ਉਸ ਦੀ ਬੋਤੀ ਦੀ ਨਾਲ ਫੈਲ ਰਿਹਾ ਹੈ ਇਸ ਕਰਕੇ ਹਰ ਇੱਕ ਮੌਲਿਕ ਆਪੋ ਆਪਣਾ ਬਚਾਅ ਕਰ ਰਿਹਾ ਜੀ ਇੰਡੋਨੇਸ਼ੀਆ 'ਚ 12 ਡਾਕਟਰਾਂ ਦੀ ਮੌਤ ਹੋ ਚੁੱਕੀ ਆ ਕਾਰਨ ਇਹ ਹੈ ਕਿ ਉਹਨਾਂ ਨੇ ਚైనా ਆਫ ਦੀ ਵੈਕਸੀਨ ਲਗਾਈ ਸੀਗੀ ਤੇ ਦੋਵੇਂ ਡੋਜ਼ਾਂ ਉਹਨਾਂ ਦੇ ਲੱਗੀਆਂ ਸੀਗੀਆਂ ਚైనా ਦੀ ਜਿਹੜੀ ਵੈਕਸੀਨ ਉਸ ਦਾ ਨਾਮ ਹੈਗਾ ਜੀ ਸੈਨੋਵਿਕ ਬਾਇਓਟੈਕ ਨਾ ਦੀ ਕੰਪਨੀ ਹੈ ਜਿਸ ਦੇ ਵੈਕਸੀਨ ਤਿਆਰ ਕੀਤੀ ਸੀ ਤੇ ਇਹ ਜਿਹੜੀ ਵੈਕਸੀਨ ਆ ਇੰਡੋਨੇਸ਼ੀਆ ਦੇ ਵਿੱਚ ਸਭ ਤੋਂ ਪਹਿਲਾਂ ਡਾਕਟਰਾਂ ਦੇ ਲਗਾਈ ਗਈ ਸੀ ਤੇ ਡਾਕਟਰਾਂ ਦੀ ਇਸ ਵੈਕਸੀਨ ਲੱਗਣ ਦੇ ਕਾਰਨ ਮੌਤ ਹੋ ਚੁੱਕੀ ਆ ਤੇ ਇੰਡੋਨੇਸ਼ੀਆ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਜਿਹੜਾ ਕਿ ਡੈਲਟਾ ਪਲਸ ਵੇਰੀਐਂਟ ਤੇਜ਼ੀ ਦੇ ਨਾਲ ਫੈਲ ਰਿਹਾ ਤੇ ਕਾਫੀ ਲੋਕਾਂ ਦੀ ਮੌਤ ਹੋ ਰਹੀ ਆ ਤੇ ਹਰ ਰੋਜ਼ ਹਜ਼ਾਰਾਂ ਦੇ ਹਿਸਾਬ ਦੇ ਨਾਲ ਕੇਸ ਸਾਹਮਣੇ ਆ ਰਹੇ ਆ ਉਥੇ ਹੀ ਭਾਰਤ ਸਰਕਾਰ ਦਾ ਵੀ ਕਹਿਣਾ ਆ ਕਿ ਜਿਹੜਾ ਡੈਲਟਾ ਪਲੱਸ ਵੇਰੀਐਂਟ ਆ ਬਹੁਤ ਜ਼ਿਆਦਾ ਖਤਰਨਾਕ ਆ ਤੀਜੀ ਜਿਹੜੀ ਲਹਿਰ ਭਾਰਤ ਦੇ ਵਿੱਚ ਆਉਣੀ ਆ ਤਾਂ ਇਸ ਤੋਂ ਯਾਨੀ ਕਿ ਮੁਸ਼ਕਲ ਹੋ ਸਕਦੇ ਆ ਹਾਲਾਤ ਜੇਕਰ ਹੁਣ ਕਾਬੂ ਕਰ ਲਿਆ ਤਾਂ ਕਰ ਲਿਆ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮਾਸਕ ਲਗਾ ਕੇ ਰੱਖੋ ਤੇ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਵੈਕਸੀਨ ਜਲਦੀ ਤੋਂ ਜਲਦੀ ਲਗਵਾ ਕੇ ਰੱਖੋ ਉਥੇ ਹੀ ਬੰਗਲਾਦੇਸ਼ ਦੇ ਵਿੱਚ ਵੀ ਜਿਹੜਾ ਡੈਲਟਾ ਪਲੱਸ ਕਰਕੇ ਕਾਫੀ ਹਾਲਾਤ ਜਿਹੜੇ ਆ ਕਿ ਖਰਾਬ ਹੋਏ ਹੋਏ ਨੇ ਜੀ ਜਿੰਨਾ ਮੇਰੇ ਵੀਰਾਂ ਕੋਲੇ ਯੂਰਪ ਦੇ ਪੇਪਰ ਨੇ ਤੇ ਉਹ ਫਰਾਂਸ ਆਉਂਦੇ ਨੇ ਫਰਾਂਸ ਤੋਂ ਬਾਅਦ ਯੂਰਪ ਦੀਆਂ ਹੋਰਾਂ ਕੰਟਰੀਆਂ ਦੇ ਵਿੱਚ ਜਾਂਦੇ ਨੇ ਉਹ ਆਪਣੀ ਟਿਕਟ ਖਰਾਬ ਨਾ ਕਰੋ ਕਿਉਂਕਿ ਕੱਲ ਮੈਨੂੰ ਕਾਲਾਂ ਆਈਆਂ ਸੀ ਪਰਸੋਂ ਵੀ ਕਾਲਾਂ ਆਈਆਂ ਸੀ ਹਰ ਰੋਜ਼ ਕਿਸੇ ਨਾ ਕਿਸੇ ਦੀ ਕਾਲ ਆਉਂਦੀ ਹੀ ਆ ਇਹ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਆ ਕਿਉਂਕਿ ਜਿਨ੍ਹਾਂ ਦੇ ਕੋਲੇ ਫਰਾਂਸ ਦੇ ਪੇਪਰ ਆ ਉਹਨਾਂ ਨੂੰ ਹੀ ਫਰਾਂਸ ਦੇ ਵਿੱਚ ਐਂਟਰ ਹੋਣ ਦਿੱਤਾ ਜਾ ਰਿਹਾ ਆ ਪਹਿਲਾਂ ਕੀ ਸੀਗਾ ਕਿ ਜੇਕਰ ਤੁਹਾਡੇ ਕੋਲ ਇਟਲੀ ਦੇ ਜਾਂ ਪੁਰਤਗਾਲ ਦੇ ਜਾਂ ਸਪੇਨ ਬੈਲਜੀਅਮ ਦੇ ਪੇਪਰ ਸੀਗੇ ਤੁਸੀਂ ਫਰਾਂਸ ਆ ਕੇ ਫਰਾਂਸ ਤੋਂ ਬਾਅਦ ਤੁਸੀਂ ਹੋਰ ਯੂਰਪ ਦੀਆਂ ਕੰਟਰੀਆਂ 'ਚ ਜਾ ਸਕਦੇ ਸੀਗੇ ਪਰ ਇਹ ਹੁਣ ਦਿਨ ਬਦ ਦਿਨ ਜਿਹੜੇ ਕੋਈ ਨਵਾਂ ਵਾਇਰਸ ਫੈਲਿਆ ਕਰਕੇ ਸਖਤੀ ਕਰ ਰਹੇ ਆ ਕਿ ਫਰਾਂਸ ਵਾਲੇ ਸਿਰਫ ਉਹਨਾਂ ਨੂੰ ਹੀ ਲੈ ਰਹੇ ਆ ਜਿਨ੍ਹਾਂ ਦੇ ਕੋਲ ਫਰਾਂਸ ਦੇ ਪੇਪਰ ਆ ਦੂਜੀਆਂ ਕੰਟਰੀਆਂ ਵਾਲਿਆਂ ਨੂੰ ਨਹੀਂ ਪਲੇਨ ਦੇ ਵਿੱਚ ਚੜਨ ਦਿੱਤਾ ਜਾ ਰਿਹਾ ਬਾਕੀ ਤੁਸੀਂ ਜੇਕਰ ਨਹੀਂ ਜੀ ਕੀਨ ਤਾਂ ਟਰਾਈ ਮਾਰ ਸਕਦੇ ਹੋ ਜੇਕਰ ਤੁਸੀਂ ਪਹੁੰਚ ਗਏ ਹੋ ਫਰਾਂਸ ਦੇ ਵਿੱਚ ਜਾਂ ਆਏ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕੋਈ ਪ੍ਰੋਬਲਮ ਆਈ ਹੈ ਜਾਂ ਨਹੀਂ ਆਈ ਜੇਕਰ ਤੁਸੀਂ ਆਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਆਪਣੀ ਟਰਾਈ ਮਾਰ ਸਕਦੇ ਹੋ ਪਰ ਜਿੰਨੀ ਮੇਰੇ ਕੋਲ ਜਾਣਕਾਰੀ ਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਜੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖਿਓ